अस्सलाम वालेकुम गाइस, उम्मीद करना कि सारे ठीक हो। तो आज का ब्लॉग सारा आज का आप अपना सिटी दिखा सो, उम्मीद करना कि सारी वीडियो आपको अच्छी लगती। जल्दी आता हूं आप सिटी दिखाने बहुत थोड़ी मशहूर जगह भाई नाल आता हूं। हम मोटरसाइकिल स्टार्ट करने आओ वीडियो ਜਿਹੜੇ ਇਸ ਟਾਈਮ ਪਹੁੰਚੇ ਹੋਏ ਹਾਂ। ਜਿੱਥੇ ਡਰਾਈਵਰ ਟਿਕਟਾਂ ਬੁੱਕ ਥੀ ਨੇ ਨਾ, ਤਾਂ ਉਹ ਜ਼ਿਆਦਾ ਇਸ ਟਾਈਮ ਪਹੁੰਚੇ ਹੋਏ ਹਾਂ। ਤਾਂ ਉਮੀਦ ਕਰਨੇ ਵੀਡੀਓ ਸਭ ਅੱਛੀ ਲੱਗਦੀ ਪਈ ਹੋਸੀ। ਇਹ ਹੈ ਵੱਖਰ ਬਦਾਰੀ ਅੱਡਾ, ਇਹ ਹੈ ਪਹਿਲਾ ਗੇਅਰ ਵਿੰਟਰ ਪਏ, ਇਹ ਸੈਕਿੰਡ ਗੇਅਰ ਹੈ ਜਿਸ ਤੋਂ ਆਊਟ ਥੀ ਨਾ ਪਾਏ। ਤਾਂ ਹੁਣ ਦਿਲ ਸੋ ਟਾਂਗ ਮੋੜ ਕੇ ਜਹਾਂਗ ਮੋੜ ਤੇ ਪਹੁੰਚ ਚੁੱਕੇ ਹਾਂ। ਜਿਹੜਾ ਸਾਡਾ ਟਾਰਗੇਟ ਆਈ ਪਿੱਛੇ ਆਈ ਲਾਰੀਆ ਦਾ, ਇਹ ਜਹਾਂਗ ਮੋੜ। ਅਸਾਂ ਜਹਾਂਗ ਮੋੜ ਤੇ ਇਸ ਟਾਈਮ ਪਹੁੰਚ ਚੁੱਕੇ ਹਾਂ। ਬਾਰ ਬਾਰ ਗੇਟ ਹੀ ਵਾਲਾ ਦਫ਼ਤਰ ਦੇ ਨਾਲ ਜਹਾਂਗ ਮੋੜ ਹੈ, ਇਹ ਜਹਾਂਗ ਮੋੜ ਹੈ ਭਾਈ। ਤਾਂ ਅਸਾਂ ਜਹਾਂਗ ਮੋੜ ਦੀ ਤੁਹਾਨੂੰ ਵੀਡੀਓ ਦਿਖਾਉਣੇ ਪਏ। ਇਹ ਵੱਖਰ ਦਾ ਜਹਾਂਗ ਮੋੜ ਹੈ, ਜੇ ਬੰਦੇ ਕੋਈ ਨਹੀਂ ਡਿਠਾ ਹੋਇਆ, ਕੋਈ ਬੰਦਾ ਆ ਗਈ ਹੈ ਜਹਾਂਗ ਮੋੜ ਤੇ ਪਹੁੰਚਣਾ ਹੈ, ਤਾਂ ਇਹ ਜਹਾਂਗ ਮੋੜ ਹੈ ਭਾਈ। ਉਮੀਦ ਕਰਨੇ ਹਾਂ ਕਿ ਤੁਹਾਨੂੰ ਵੀਡੀਓ ਅੱਛੀ ਲੱਗਦੀ ਪਈ ਹੋਵੇਗੀ। ਹੁਣ ਜੁਲਦੇ ਹਾਂ ਘੋੜਾ ਚੌਂਕ ਤੇ, ਸਭ ਦਿਖਾਉਂਦੇ ਹਾਂ ਘੋੜਾ ਚੌਂਕ।
ਅਸਾਂ ਘੋੜਾ ਚੌਂਕ ਕੋਲ ਪਹੁੰਚ ਗਏ। ਅੱਜ ਤਾਂ ਉਹ ਘੋੜਾ ਚੌਂਕ ਹੀ ਦਿਖਾ ਦਿੰਦੇ ਹਾਂ, ਉਮੀਦ ਕਰਦੇ ਕੋਈ ਜੱਜ ਕੋਈ ਬੈਕ ਸਾਈਡ ਦੇ ਕੋਈ ਦੇਖੋ। ਅਸਾਂ ਘੋੜਾ ਚੌਂਕ ਕੋਲ ਇਸ ਟਾਈਮ ਪਹੁੰਚ ਚੁੱਕੇ ਹਾਂ, ਤੁਹਾਨੂੰ ਘੋੜਾ ਚੌਂਕ ਦਿਖਾਉਂਦੇ ਹਾਂ। ਇਹ ਆ ਗਏ ਘੋੜਾ ਚੌਂਕ ਕੋਲ, ਡਿਗਰੀ ਕਾਲਜ ਦੇ ਨਾਲ ਹੈ ਘੋੜਾ ਚੌਂਕ। ਹੁਣ ਆਸੇ ਪਾਸੇ ਫਿਰਦੇ ਹਾਂ, ਤੁਹਾਨੂੰ ਘੋੜਾ ਚੌਂਕ ਦਿਖਾਉਂਦੇ ਹਾਂ। ਦੂਜੇ ਪਾਸੇ ਫਿਰ ਕੇ ਮੁਕੰਮਲ ਤੁਹਾਨੂੰ ਘੋੜਾ ਚੌਂਕ ਦਿਖਾ ਛੋੜੀ ਸੀ, ਤਾਂ ਹੁਣ ਵਾਪਸੀ ਘਰ ਵਾਲੇ ਪਾਸੇ ਬਹਿੰਦੇ ਪਏ, ਲੇਕਿਨ ਵੈਸੇ ਤੁਹਾਨੂੰ ਬਹਿਰ ਵਾਲੇ ਪਾਸੋਂ ਹੋਰ ਆਏ ਥੋਕ ਦਿਖਵੇ ਸੂ।
ਨਾ ਪੀਵਾ ਉਮੀਦ ਕਰਨਾ ਕਿ ਸਾਰਾ ਯਾਰ ਵਲੌਗ ਤੁਹਾਨੂੰ ਪਸੰਦ ਆ ਗਿਆ ਸੀ ਇਹਦੇ ਪਿਆ ਤਾਂ ਉਸ ਜਾਤ ਦੀ ਮਾਫ ਹੈ ਤੇ ਤੁਹਾਨੂੰ ਸ਼ਹਿਰ ਦੇ ਸਿੱਖ ਦਾ ਕੁਝ ਮਸ਼ਹੂਰ ਜਿਹਾ ਲਿਖਾਇਆ ਤੇ ਭਾਈ ਜਾਨ ਖੋਲਣਾ ਨਹੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਅੱਜ ਕੱਲ੍ਹ ਦੀ ਮਹਿੰਗਾਈ ਦਾ ਦੌਰ ਤੁਹਾਨੂੰ ਪਤਾ ਪੈਟਰੋਲ ਦੀ ਬਾਰੇ ਨਹੀਂ ਆਉਂਦਾ ਵਲੌਗਿੰਗ ਦੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੇ ਮਿਲਦੇ ਹਾਂ ਨੈਕਸਟ ਵਲੌਗ ਨਾਲ ਇਨਸ਼ਾਅੱਲਾ ਇਸ ਤੋਂ ਅੱਛੀ ਜਗ੍ਹਾ ਨਿਕਾਸਾਂ ਵਾਤ ਮੈਂ ਵੈਸਾ ਤੁਹਾਨੂੰ ਆਪਣੇ ਪੱਥਰ ਦਾ ਇਲਾਕਾ ਸ਼ਹਿਰ ਦਾ ਬਾਜ਼ਾਰ ਨਿਕਾਸਾਂ ਇਸੇ ਵਲੌਗ ਨਾਲ ਮੈਂ ਅੱਲਾ ਹਾਫਿਜ਼ ਚਾਹੁੰਦਾ ਨੈਕਸਟ ਅੱਲਾ ਹਾਫਿਜ਼